بسم اللہ الرحمن الرحیم ਅਸੀਂ ਅੱਜ ਪੰਜਾਬੀ ਜੈਸਲ ਦਿਹਾੜ ਮਨਾ ਰਹੇ ਆ ਸਾਡੇ ਨਾਲ ਉੱਚੇ-ਚੇ ਬਾਲ ਜੇ ਸੋ ਨਹੀਂ ਸਕਦੇ ਤੇ ਬੋਲ ਨਹੀਂ ਸਕਦੇ ਉਹ ਨਰਲੇ ਹੋਏ ਨੇ ਆਓ ਜਰਾ ਤੁਹਾਨੂੰ ਇਹ ਵਿਖਾਲਾ ਬਖਾਨੇ ਆ ਇੱਕ ਰਵਾਇਤੀ ਡੇ ਦਾ ਵਿਖਾਲਾ ਹੈ ਇੱਕ ਛੋਟਾ ਜਿਹਾ ਰਵਾਇਤੀ ਘਾਰੇ ਜਿੱਥੇ ਬਾਅਦ ਨਾਸ਼ਤਾ ਕਰ ਰਹੇ ਨੇ ਪੰਗੜ ਸਾਡੇ ਰਵਾਇਤੀ ਪਿੰਡਾਂ ਦਾ ਖਾਸ ਹਿੱਸਾ ਹੈ ਬੜੀਆਂ ਤੇ ਸੁਹਾਣੀਆਂ ਖੂਹ ਵਿੱਚੋਂ ਬੋਕੇ ਨਾਲ ਪਾਣੀ ਕਢਦੀਆਂ ਨੇ ਹਸ ਨਾਲ ਬਣਾਈਆਂ ਸ਼ੀਹੇ ਦੀਆਂ ਪਖੀਆਂ ਇਹ ਵੀ ਬੜਾ ਆਰ ਬਾਲੜੀਆਂ ਨੂੰ ਵੰਗਾ ਬੜੀਆਂ ਪਸੰਦ ਹੁੰਦੀਆਂ ਨੇ ਘਰ ਬਰਤਨ ਲਈ ਮਿੱਟੀ ਦੇ ਭਾਂਡੇ ਜਦੋਂ ਵੀ ਪਿੰਡ ਵਿੱਚ ਵੰਗਾ ਵਾਲੀ ਆਂਦੀ ਏ ਤੇ ਸਾਰੀਆਂ ਬਾੜੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਆਪਣੇ ਪਸੰਦੀਆ ਰੰਗਾ ਰੰਗ ਬੰਗਾ ਚੜਾਉਂਦਿਆਂ ਨੇ ਇਹ ਉਚੇ ਚੀਆ ਬਾਲੜੀਆਂ ਆਪਣੇ ਰਸਤਲ ਦਾ ਵਖਾਲਾ ਕਰੀਆਂ ਨੇ ਵਿਆਹ ਦੀਆਂ ਰਸਮਾਂ ਚ ਬਾੜੀਆਂ ਬੜੇ ਚਾਨ ਰਲਤ ਕਾਦੀਆਂ ਨੇ ਵਿਆਹ ਵਾਲੀ ਕੁੜੀ ਨੂੰ ਮਹਿੰਦੀ ਲਾ ਕੇ ਉਚਾਲੇ ਬਿਠਾ ਕੇ ਤੇ ਆਦਵਾਰੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਨੇ ਇਹ ਵਖਾਲਾ ਵੀ ਸਾੜੀਆਂ ਬਾੜੀਆਂ ਨੇ ਸੋਹੇ ਟਾਂਗ ਨਾਲ ਵਖਾਇਆ ਹੈ ਇਹ ਵਾਸਤੇ ਮਿੱਠਾ ਤੇ ਚੰਗਾ ਪਾਣੀ ਲੈਣ ਲਈ ਬਾੜੀਆਂ ਖੂਦੇ ਜਾਂਦੀਆਂ ਨੇ ਖੂਹ ਵਿੱਚੋਂ ਬੋਕੇ ਨਾਲ ਪਾਣੀ ਕੱਢ ਕੇ ਤੇ ਘੜਿਆਂ 'ਚ ਭਰਦੀਆਂ ਨੇ ਇਹਨੂੰ ਆਪਣੀ ਜ਼ਿੰਮੇਵਾਰੀ ਸਮਝਦੀਆਂ ਨੇ ਸਿਰ ਤੇ ਚਾੜੀ ਰੱਖ ਕੇ ਤੇ ਆ ਛੱਡ ਕੇ ਟੁਰਨਾ ਵੀ ਇੱਕ ਫਨ ਨੇ ਸਾੜੀਆਂ ਇਹਨਾ ਉੱਚੀਆਂ ਬਾੜੀਆਂ ਨੇ ਇਹਦੇ ਵਿੱਚ ਵੀ ਲਲਤ ਕੀਤੀ ਤੇ ਇਹ ਨੇ ਸਾਡੀ ਪੰਜਾਬੀ ਰਹਿਤਲ ਦੇ ਕੁਝ ਵਿਖਾ ਲੇ ਇਹ ਪ੍ਰੋਗਰਾਮ ਤੁਹਾਨੂੰ ਕਿਸਾ ਨਾ ਲੱਗਿਆ ਇਹਦੇ ਬਾਰੇ ਦੱਸਿਓ ਜ਼ਰੂਰ ਲਓ ਜੀ ਰੱਬ ਰਾਖਾ